आकाशवाणी जम्मू है बड़ल खबरें तुंका स्वागत पहले खास खास खबरें करने मैं जगमोहन शर्मा ਸਰਕਾਰਾਂ ਜੰਮੂ ਕਸ਼ਮੀਰ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਖੋਲਣੇ ਬਾਰੇ ਕੋਵਿਡ-19 ਸਰਬੰਦੀਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨ ਜੰਮੂ ਪ੍ਰਾਂਤ ਦੇ ਸੋਇਆਲੇ ਜ਼ੋਨ ਦੇ ਤਾਲੀਮੀ ادارے 1 ਫਰਵਰੀ ਕੀ ਕੁੰਗਨ ਤੇ ਕਸ਼ਮੀਰ ਪ੍ਰਾਂਤ ਤੇ ਜੰਮੂ ਪ੍ਰਾਂਤ ਦੇ ਸਿਆਲੇਲੇ ਜ਼ੋਨ 15 ਫਰਵਰੀ ਤਮਾ ਸੰਸਦ ਦਾ ਬਜਟਾਲਾ اجلاس ਅੱਜ ਰਾਸ਼ਟਰਪਤੀ ਹੁੰਦੇ ਸੰਬੋਧਨ ਕਨਿ ਸ਼ੁਰੂ ਹੋਗ ਸਦਨ ਪਟਲ ਪਰ ਆਰਥਿਕ ਸਰਵੇਖਣ ਪੇਸ਼ ਕੀਤਾ ਜਾ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਕੰਮ ਰੋਜ਼ਗਾਰ ਦੇ ਮਤੇ ਮੌਕੇ ਉਪਲਬਧ ਕਰਵਾਉਣਾ ਯਕੀਨੀ ਬਣਾਉਣ ਲਈ ਇਮਾਇਤ ਮਿਸ਼ਨ ਨੇ ਬਹੁ ਰਾਸ਼ਟਰੀ ਕੰਪਨੀ ਕੰਨੇ ਸਹਿਮਤੀ ਪੱਤਰ ਉੱਪਰ ਦਸਤਖਤ ਕੀਤੇ ਨ ਤੇ ਅਖਿਲ ਭਾਰਤੀ ਹਿੰਦੀ ਕਵੀ ਸੰਮੇਲਨ ਦੇ ਕੰਨੇ ਗਏ ਦੋ ਦਿਨੇ ਦਾ ਜਸ਼ਨ ਜਮਹੂਰੀਆ ਸੰਪੰਨ ਹੋ ਗਿਆ ਉਪ ਰਾਜਪਾਲ ਨੇ ਆਖਿਆ ਕਿ ਇਹ ਸਾਹਿਤਿਕ ਉਤਸਵ ਜੰਮੂ ਕਸ਼ਮੀਰ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਵੱਡਾ ਮੰਚ ਉਪਲਬਧ ਕਰਵਾਉਣ ਦੀ ਸ਼ੁਰੂਆਤ ਹੈ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਜੰਮੂ ਕਸ਼ਮੀਰ ਸਰਕਾਰ ਨੇ ਸਿੱਖਿਅਕ ਗਤੀਵਿਧੀਆਂ ਲਈ ਉੱਚ ਸਿੱਖਿਆ ਇਡਾਰੇਂ ਕੀ ਪੜਤੀਏ ਖੋਲਨੇ ਦੇ ਸਰਬੰਧਾਂ ਚ ਕਈ ਸਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜੰਮੂ ਡਿਵੀਜ਼ਨ ਦੇ ਸੋਇਆਲੇ ਜ਼ੋਨੇ ਉਠਾਉਣੇ ਵਾਲੇ ਉੱਚ ਸਿੱਖਿਆ ਇਡਾਰੇ ਆਨ ਦੀ 1 ਫਰਵਰੀ ਥਮਾ ਕੋ ਲਾ ਕਰ ਦੇ ਨੇ ਜਿਸ ਲੇ ਕੇ ਕਸ਼ਮੀਰ ਡਿਵੀਜ਼ਨਸ ਨੇ ਜੰਮੂ ਡਿਵੀਜ਼ਨ ਦੇ ਸਿਆਲੇ ਵਾਲੇ ਜ਼ੋਨੇ ਉਠਾਉਣੇ ਵਾਲੇ ਉੱਚ ਸਿੱਖਿਆ ਇਡਾਰੇ ਆਨ ਦੀ 15 ਫਰਵਰੀ ਥਮਾ ਪੜਤੀਏ ਖੁੱਲੀ ਜਾਂਗਣ ਉੱਚ ਸਿੱਖਿਆ ਮੈਕਮੇਪਾਸਿਆ ਕਾਲਿਸ ਸਰਬੰਧ ਚ ਜਾਰੀ ਕੀਤੇ ਗਏ ਹੁਕਮ ਮੁજબ ਸਭਨੇ ادارے ਅਮਲੇ ਤੇ ਵਿਦਿਆਰਥੀਆਂ ਕੀ ਗੁਜ਼ਾਰਿਸ਼ ਕੀਤੀ ਗਈ ਹੈ ਜਿਓ ਸਭਨੇ ਮਾਨਕ ਸੰਚਾਲਨ ਵਾਲੀਆਂ ਪ੍ਰਕਿਰਿਆਏ ਤੇ ਯੂਜੀਸੀ ਪਾਸਿਆ ਜਾਰੀ ਸਿਹਤ ਤੇ ਸੁਰੱਖਿਆ ਸਰਬੰਧੀ ਦਿਹਾਇਤਨ ਦੀ ਪੂਰੀ ਪੂਰੀ ਪਾਲਣਾ ਯਕੀਨੀ ਬਨਾਣ ਉਕ ਮਚ ਆਖਿਆ ਗਿਆ ਹੈ ਜੇ ਸਭ ਨੇ ਵਿਦਿਆਰਥੀਏ ਪ੍ਰੋਫੈਸਰਿਨ ਤੇ ਹੋਰ ਨੇ ਅਮਲਿਆस्ते ਮੂੰਹਾਂ ਪਰ ਮਾਸਕ ਲਾਣਾ ਲਾਜ਼ਮੀ ਹੋਗਾ ਇਤੇ ਲਾਵਾ ਵਿਦਿਆਰਥੀਏ ਕੀ ਇਕ ਦੂਏ ਕੋ ਲਾ ਕ ਟੋਕਟ 2 ਮੀਟਰ ਦੇ ਛਿੰਡੇ ਪਰ ਬਾਉਣਾ ਹੋਗਾ ਯੂਜੀਸੀ ਪਾਸਿਆ ਜਾਰੀ ਦਿਸ਼ਾ ਨਿਰਦੇਸ਼ੇ ਮੁਜਬ ਸਰਬੰਧਤ ਰਜਿਸਟਰਾਰ ਤੇ ਪ੍ਰਿੰਸੀਪਲ ਕਾਸ਼ ਇਹ ਵਿਕਲਪ ਉਗਨ ਜਿਓ ਉਚਿਤ ਛਿੰਡਾ ਬਨਾਈ ਰੱਖਨੇ ਲਈ ਥਾਰ ਨਈਓ ਨੇ ਦਿੱਸੁਰਤਾ ਚ ਬੱਕਰੀ ਬੱਕਰੀ ਸ਼ਿਫਟਾਂ ਲਾਇ ਕੇ ਵਿਦਿਆਰਥੀਏ ਕੀ ਸੱਦ ਦੇ ਸਕਦੇ ਨਾ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਹੋਰ ਇਹ ਕਿਹਾ ਕਿ ਸੀਬੀਐਸਸੀ ਦੇ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਦੀ ਡੇਟ ਸ਼ੀਟ 2 ਫਰਵਰੀ ਦੀ ਕੋਸ਼ਿਸ਼ ਕੀਤੀ ਜਾਗ ਸੀਬੀਐਸਸੀ ਸਹੋਦੇ ਸਕੂਲ ਪਰਿਸਰਿੰਦ ਦੇ ਪ੍ਰਧਾਨ ਨੇ ਤੇ ਸਚਿਵਾਂ ਕਨੇ ਵੀਡੀਓ ਕਾਨਫਰੰਸ ਰਾਹੀਂ ਗੱਲ ਕਰਦੀ ਹੋਈ ਪੋਖਰੀਆਲ ਹੋਰ ਇਹ ਆਖਿਆ ਜੇ ਕੰਪਿਊਟਰੀਕ੍ਰਿਤ ਐਫੀਲੀਏਸ਼ਨ ਵਾਲਾ ਸਰਿਸਤਾ ਸਕੂਲਾਂ ਦੇ ਪਾਸਿਆਂ ਦਿੱਤੀ ਜਾਣ ਵਾਲੀ ਜਾਣਕਾਰੀ ਤੇ ਡੇਟਾ ਉੱਪਰ ਆਧਾਰਿਤ ਹੋਗਾ ਸਿਹਤ ਦੇ ਮੈਡੀਕਲ ਸਿੱਖਿਆ ਮੈਕਮੇ ਦੇ ਮੰਤਰੀ ਕਮਿਸ਼ਨਰ ਅਤਲ ਡੁੱਲੂ ਨੇ ਜੰਮੂ ਦੇ ਐਸਕੌਮਸ ਹਸਪਤਾਲ 'ਚ ਕੋਵਿਡ-19 ਟੀਕਾਕਰਨ ਕੇਂਦਰ ਦਾ ਕੱਲ ਉਦਘਾਟਨ ਕੀਤਾ ਆਕਾਸ਼ਵਾਣੀ ਜੰਮੂ ਦੇ ਸੰਵਾਦ ਦਾਤਾ ਮੁਜਬ ਡੁੱਲੂ ਨੇ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ 'ਚ ਇਹ ਲੈ 162ਵੇਂ ਥਾਰਿਆਂ 'ਪਰ ਕੋਵਿਡ ਸ਼ਾ ਬਚਾ ਲੈ ਟੀਕੇ ਲਾਇਆ ਜਾ ਰਿਹਾ ਦਿਨ ਤੇ 15000 ਸ਼ਾਮਤ ਇਸੇ ਤਰ੍ਹਾਂ ਕਰੰਗੀ ਇਹਨੇ ਥਾਰਿਆਂ 'ਪਰ ਤਨਾਤ ਕੀਤਾ ਹੈ ਉਹਨੇ ਐਲਾਨ ਕੀਤਾ ਕਿ ਕੱਲ੍ਹ ਤੋਂ ਜੰਮੂ 'ਚ ਟੀਕਾਕਰਨ ਨਾਲੀਏ 18 ਔਰ ਨਿਥਾਰਿਆਂ 'ਚ ਚਾਲੂ ਕੀਤਾ ਜਾ ਰਿਹਾ ਹੈ ਉਨੇ ਇਪੀក្លਾਂਚੇ ਸੇਇਤ ਮੈਕਮਾ ਬਜ਼ੁਰਗਾਂ ਰੱਖਸ਼ਾ ਕਰਮੀਏ ਤੇ ਹੋਰ ਨੇ ਖੇਤਰਾਂ ਚ ਕੰਮ ਕਰਨੇ ਵਾਲੇ ਲੋਕਾਂ ਕੀ ਟੀਕੇ ਲਾਨੇ ਵਾਲਾ ਅਗਲਾ ਗੇੜ ਸ਼ੁਰੂ ਕਰਨੇ ਆਸਤੇ ਵੀ ਪੂਰੀ ਚਾਲੀ ਤਿਆਰ ਹੈ ਸੰਸਦ ਦਾ ਬਜਟ ਇਜਲਾਸ ਅਜਤਮਾ ਸ਼ੁਰੂ ਹਰਦਾ राष्ट्रपति रामनाथ कोविंद उन दे आसियात दवने सदने दी सांझी बैठक गी संबोधन दे कने एजला शुरू होई जाग सरकार ने लोकसभा ते राज्यसभा दा कामकाज व्यवस्था लटंगा सर करवाणे ले सबने पार्टियां दा समर्थन हासिल करने दे मकसद कने कल सबने पार्टियां दी इक बैठक सददी दी ग आकाशवाणी दे संवाद दाता मुजेब औंदे ऐतवारे राज्य सभा दे, दे चेयरमैन एम वेंकैया नायडू रे राज्यसभा च सबने पार्टियां दे लीडरें दी इक बैठक भी सददी दी ग ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰੀ ਅੱਖਿਆ ਜੇ ਭਾਰਤ ਇੱਕ ਅਨੁਮਾਨਿਤ ਤੇ ਮਤੀ ਉਨਕੂ ਅਨੁਕੂਲ ਟੈਕਸ ਬਵਸਥਾ ਤੇ ਐਫ ਡੀ ਆਈ ਮਾਨਦੰਡਿਆਂ ਵਾਲੀ ਬਵਸਥਾ ਪ੍ਰਦਾਨ ਕਰਤਾ ਹੈ ਵਿਸ਼ਵ ਆਰਥਿਕ ਮੰਚ ਦੀ ਦਾਵੋਸ ਵਰਤਾਕੀ ਕਲ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੀ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਰੀ ਅੱਖਿਆ ਜੇ ਭਾਰਤ ਲਗਾਤਾਰ ਸੁਧਾਰੇ ਤੇ ਪ੍ਰੋਤਸਾਹਨ ਨੇ ਉੱਪਰ ਜ਼ੋਰ ਦਿਾਰਤਾ ਉਹਨੇ ਇਪਿਗ ਲਾਇਆ ਜੇ ਕੋਰੋਨਾ ਵਾਇਰਸ ਦੇ ਸਮੇਂ ਦਰਨ ਟਾਂਚਾਗਤ ਸੁਧਾਰੇ ਦੇ ਕੰਨੋਕੰਨੀ ਉਤਪਾਦਨ ਕਰਨੇ ਜੁੜੇ ਦੇ ਪ੍ਰੋਤਸਾਹਨ ਵੀ ਉਪਲਬਧ ਕਰਵਾਏ ਗਏ ਨੇ ਮੋਦੀ ਉਨ੍ਹਾਂ ਕਿਹਾ ਜੇ ਭਾਰਤ ਆਪਣੀ ਵਿਕਾਸ ਯਾਤਰਾ ਕੀ ਜਲਵਾਯੂ ਪਰਿਵਰਤਨ ਦੇ ਨਿਸ਼ਾਨੇ ਦੇ ਅਨੁਰੂਪ ਅਗੜਾ ਵਧਾ ਕਰਦਾ ਹੈ ਪ੍ਰਧਾਨ ਮੰਤਰੀ ਹੋਰੇ ਫੋਰਮ ਕੀ ਯਕੀਨ ਦਵਾਇਆ ਜੇ ਭਾਰਤ ਦਾ ਆਤਮ ਨਿਰਭਰ ਭਾਰਤ ਅਭਿਆਨ ਕੁੱਲ ਸੰਸਾਰਾ ਦੇ ਮਾਲ ਸਮਿਆਂ ਦੀ ਆਪੂਰਤੀ ਸ਼੍ਰੰਖਲਾ ਸਿਲ ਕਰਵਾਉਣੇ ਚ ਲਈ ਵਚਨ ਬੱਧ ਹੈ ਕਿ ਜੇ ਭਾਰਤ ਚ ਇਸ ਸਮਰਥ ਤੇ ਵਿਸ਼ਵਸਨੀਤਾ ਹੈ ਜਿਉ ਕੁੱਲ ਸੰਸਾਰੀ ਸੱਤਾ ਉਪਰ ਆਪੂਰਤੀ ਸ਼੍ਰੰਖਲਾ ਕੀ ਹੋਰ ਮਜ਼ਬੂਤੀ ਹਾਸਲ ਕਰਵਾਈ ਸਕਦਾ ਹੈ ਇਕ ਮਹੱਤਵਪੂਰਨ ਤੇ ਵੱਡੀ ਕਾਰਵਾਈ ਤਹਿਤ ਜੰਮੂ ਕਸ਼ਮੀਰ ਸਰਕਾਰ ਦਸਤਕਾਰੀ ਤੇ ਅਥਖੜੀ ਵਿਭਾਗ ਦੇ ਬਖ ਬਖ ਸਿਖਲਾਈ ਕੇਂਦਰਾਂ ਚ ਟ੍ਰੇਨਿੰਗ ਲੈਕਰ ਦੇ ਸਖੇਤਰੂਏ ਕੀ ਦਿੱਤੇ ਜਾਣੇ ਵਾਲੇ ਸਟਾਈਫਨ ਦੇ ਦਰਜ ਵਾਅਦਾ ਕੀਤਾ ਹੈ ਇਦੇ ਮੁਤਾਬਕ ਦਸਤਕਾਰੀ ਚ ਮੰਡਲੀ ਸਤਾਦੀ ਸਿਖਲਾਈ ਹਸਲ ਕਰਾਰ ਦੇ ਸਕੇਤ ਰੂਏਂਗੀ ਦਿੱਤੇ ਜਾਣਿਆਲਾ ਸਟਾਈਪਨ 500 ਰੁਪਏ ਮਹੀਨੇ ਕੋਲ ਅਪਦਾਈ ਹੈ 1000 ਰੁਪਏ ਮਹੀਨਾ ਕਰ ਦਿੱਤਾ ਗਿਆ ਜਿਸ ਲਈ ਕਿ ਅਗੇਤਰੇ ਸਿਖਲਾਈ ਕੋਰਸ ਕਰਨਿਆਲੇਂਗੀ ਉਨ 700 ਰੁਪਏ ਮਹੀਨੇ ਦੇ ਬਜਾਏ 1500 ਰੁਪਏ ਮਹੀਨਾ ਦਿੱਤਾ ਜਾਗ ਇਸ ਚਾਲੀ ਅਤਖੱਡੀ ਦੇ ਖੇਤਰ ਚ ਸੀਤੇ ਸਿਤਾਏ ਕਪੜੇ ਤੇ ਬੁਨਾਈ ਸਰਬੰਦੀ ਕੋਰਸ ਕਰਾਰ ਦੇ ਸਕੇਤ ਰੂਏਂਗੀ ਵੀ ਉਨ 500 ਰੁਪਏ ਦੇ ਬਜਾਏ 1000 ਰੁਪਏ ਮਹੀਨਾ ਦਿੱਤਾ ਜਾਗ ਇਹ ਖਬਰਾਂ ਤੁਸ ਆਕਾਸ਼ਵਾਣੀ ਚੰਮੂਥਵਾ ਸੁਨਾਰਦੇਓ ਉਨ ਬਾਕੀ ਦੀਆਂ ਖਬਰਾਂ ਕਰਨੇ ਜਗਮੋਹਨ ਸ਼ਰਮਾ ਜੰਮੂ ਕਸ਼ਮੀਰ ਦੇ ਨੌਜਵਾਨੇ ਹੀ ਮਲਕਾ ਦੇ ਬਖਵਾ ਕਿਸ ਸੱਚ ਵੱਡੀ ਬਹੁ ਰਾਸ਼ਟਰੀ ਕੰਪਨੀਆਂ ਤੇ ਉਦਯੋਗਾਂ ਚ ਕਮਰੋਜ਼ਗਾਰ ਦੁਆਨੇ ਤੇ ਉਦਯੋਗਿਕ ਪਿਆ ਲਈ ਗਈ ਯਕੀਨੀ ਬ੍ਰਾਂਡ ਲਈ ਹਮਾਇਤ ਮਿਸ਼ਨ ਪ੍ਰਬੰਧਨ ਇਕਾਈ ਨੇ ਕਲ ਪੰਚਾਇਤ ਪਵਨ ਜੰਮੂ ਚਲਵਾਏ ਗਏ ਦੇ ਕਾਰਜਕ੍ਰਮ ਦੌਰਾਨ ਬਖ ਬਖ ਕੰਪਨੀ ਕਨੇ ਤਰੋਂ ਸਹਿਮਤੀ ਪੱਤਰੇ ਉਪਰ ਦਸਖਤ ਕੀਤੇ ਨਾ। ਗ੍ਰਾਮੀਣ ਵਿਕਾਸ ਵਿਭਾਗ ਦੇ ਸਚਿਵ ਸ਼ੀਤਲਨੰਦਾ ਨੇ ਅਰਿਆਂ ਕਿਹਾ ਜਿਨੇ ਸਹਿਮਤੀ ਪੱਤਰੇ ਉਪਰ ਦਸਖਤ ਕਰਨ ਦਾ ਮਕਸਦ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਕਮਰੋਜ਼ਗਾਰ ਦੇ ਮਤੇ ਮੌਕੇ ਉਪਲਬਧ ਕਰਵਾਉਣਾ ਯਕੀਨੀ ਬਣਾਣਾ ਹੈ ਜਿਹੜੇ ਹਮਾਇਤ ਸਕੀਮ ਤਹਿਤ ਬਖ ਬਖ ਸ਼ੋਭੇ ਚ ਸਿਖਲਾਈ ਹਾਸਲ ਕਰਾ ਕਰ ਦੇਣਾ। ਉਨ੍ਹਾਂ ਕਿਹਾ ਜਿਨੇ ਕੰਪਨੀ ਮਾਇਤੇ ਤੇ ਤੈਟਸ ਸਿਕਲਾਈ ਹਾਸਲ ਕਰ ਚੁਕੇ ਤੇ 3000 ਨੌਜਵਾਨੇ ਕੀ ਰੋਜ਼ਗਾਰ ਦਵਾਂਗਨ जम्मू कश्मीर थमा बीए विद्यार्थियों इंडियन इंस्टीट्यूट ऑफ टेक्नोलॉजी कानपुर अपना ऑनलाइन इंटर्नशिप कार्यक्रम शुरू किया इ विद्यार्थि च अठ कु भी शामिल न विद्यार्थियों शैक्षणिक कैलेंडर दिखने परैत आईआईटी कानपुर ने दौ महीने का ऑनलाइन इंटर्नशिप कार्यक्रम करवाने का फैसला लैता है जी सताई जनवरी शुरू होए कार्यक्रम आत्ती मार्च तक जारी रोह तकनीकी शिक्षा संबंधी ਕੁਲਪਾਰਤ ਕਾਉਂਸਲ ਨੇ ਆਈਆਈਟੀ ਤੇ ਆਈਆਈਐਸਈਆਰ ادارے ਕਰਨੇ ਸਹਿਮਤੀ ਪੱਤਰ ਪਰ ਦਸਖਤ ਕੀਤੇ ਨੇ ਜਿੰਦੇ ਤਹਿਤ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਕੀ ਇਹਨੇ ਇਦਾਰਿਆਂ ਚ ਇੰਟਰਨਸ਼ਿਪ ਦੇ ਮੌਕੇ ਆਸਰ ਕਰਵਾਏ ਜਾਣਗੇ ਨ ਜੰਮੂ ਯੂਨੀਵਰਸਿਟੀ ਦੇ ਜ਼ਰਾਬਰ ਸਿੰਘ ਆਡੀਟੋਰੀਅਮ ਚ ਲੁਆਏ ਗਏ ਦਾਉ ਰੋਜ਼ਾ ਜਸ਼ਨੇ ਜਮਹੂਰੀਆ ਕਲ ਅਖਿਲ ਭਾਰਤੀ ਕਵੀ ਸੰਮੇਲਨ ਦੇ ਕੰਨ ਨੇ ਗਏ ਸੰਪੰਨ ਹੋ ਗਿਆ ਇਸ ਮੌਕੇ ਮੁਖ ਪ੍ਰੋਣ ਦੇ ਰੂਪ ਵਿੱਚ ਮੌਜੂਦ ਉਪ ਰਾਜਪਾਲ ਮਨੋਤ ਸਿੰਘਾ ਨੇ ਸੰਮੇਲਨ ਚ ਸ਼ਾਮਲ ਹੋਏ ਦੇ ਵਿਰਿਸ਼ਟ ਨਾਮਵਰ ਤੇ ਨੌਜਵਾਨ ਕਵੀਆਂ ਕੀ ਸਨਮਾਨਿਤ ਕੀਤਾ ਕਵੀ ਸੰਮੇਲਨ ਚ ਸਾਲਾਨੇ ਆਏ ਦੇ ਨਾਮਵਰ ਕਵੀਆਂ ਚ ਪ੍ਰਤਾਪ ਸੋਮਵੰਸੀ ਸੁਦੀਪ ਭੋਲਾ ਸੁਨੀਲ ਜੋਸ਼ੀ ਵਿਸ਼ਨੂ ਸਖਸੇਨਾ ਹਰੀਨਾਰਾਇਣ ਹਰੀਸ਼ ਜਗਦੀਸ਼ ਸੋਲੰਕੀ ਭੁਵਨ ਮੋਹਿਨੀ ਤੇ ਇਰਸ਼ਾਦ ਕਾਮਿਲ ਸ਼ਾਮਿਲ ਹੈ ਜਿਨੇ ਆਪਣੀਆਂ ਰਚਨਾਵਾਂ ਕਰਨੇ ਮੌਜੂਦ ਦਰਸ਼ਕਾਂ ਦਾ ਮਨ ਮੋਹ ਲੈਤਾ ਇਸ ਮੌਕੇ ਬੋਲਦੇ ਹੋਏ ਉਪ ਰਾਜਪਾਲ ਨੇ ਆਖਿਆ ਜੇ ਦੋ ਦਿਨੇ ਦੇ ਇਸ ਸਾਹਿਤਿਕ ਉਤਸਵ ਦੇ ਪਿੱਛੇ ਦਾ ਮਕਸਦ ਦੇਸ਼ ਭਰ ਦੇ ਮੰਨੇ ਪਰਮੰਨੇ ਦੇ ਸਾਹਿਤਕਾਰਾਂ ਕਵੀਆਂ ਤੇ ਕਲਾਕਾਰਾਂ ਦੀ ਇੱਥੇ ਸੱਦੀਏ ਮਕਾਮੀ ਨੌਜਵਾਨ ਕਲਾਕਾਰਾਂ ਦੀ ਵੀ ਉਹਦੇ ਕਨੇ ਮੰਚ ਸਾਂਝਾ ਕਰਨੇ ਦਾ ਮੌਕਾ ਉਪਲਬਧ ਕਰਵਾਣਾ ਹੈ ਤਾਂ ਜੋ ਉਹ ਵੀ ਦੇਸ਼ ਦੇ ਨਾਮਵਰ ਕਲਾਕਾਰ ਅਸਤੀਆਂ ਕੋਲਾ मश सीखी प्रेरणा हासिल करी सिलसिले दी शुरुआत है उपराज्यपाल मेद प्रकट की थी जे नेह आयोजन नमें उभरारद मकामी युवा कवियें गी अपनी प्रतिभा बड्डे स्तर पर सबने अगे रखने दा मौका ते थे पंछान भी हो उपराज्यपाल हमने सलाहकार फारूख खान हो नमियों काड़े सबंधी श्रेणी तहत प्रधानमंत्री राष्ट्रीय बाल पुरस्कार 2021 हासिल करने हरमनजोत सिंह हो मुबारकबाद है ਤੇਰੇ ਬਰੇਂਦਾ ਹਰਮਨਜੋਤ ਸਿੰਘ ਇੱਕ ਪ੍ਰਤਿਸ਼ਠਿਤ ਐਵਾਰਡ ਹਾਸਲ ਕਰਨਿਆਲਾ ਜੰਮੂ ਕਸ਼ਮੀਰ ਦਾ ਪਹਿਲਾ ਵਿਦਿਆਰਥੀ ਹੈ ਧਿਆਨਯੋਗ ਹੈ ਜੇ ਹਰਮਨਜੋਤ ਸਿੰਘ ਨੇ ਮਹਿਲਾ ਸੁਰੱਖਿਆ ਲਈ ਰਕਸ਼ਾ ਨਾਂ ਦੀ ਐਪ ਤਿਆਰ ਕੀਤੀ ਹੈ ਤੇ ਇਸ ਐਪ ਕੀ ਪ੍ਰਤਿਸ਼ਠਿਤ ਸਿਲੀਕਨ ਵੈਲੀ ਕੋਡ ਆਫ ਆਨਰ ਸਰਟੀਫਿਕੇਟ ਲਈ ਵੀ ਚੁਣਿਆ ਗਿਆ ਹ ਤੇ ਦੇ ਪ੍ਰੰਤ ਗੂਗਲ ਨੇ ਇਸ ਐਪ ਕੀ ਗੂਗਲ ਪਲੇ ਸਟੋਰ ਪਰ ਵੀ ਉਪਲਬਧ ਕਰਵਾਇਆ ਹ ਹਰਮਨਜੋਤ ਸਿੰਘ ਅੰਤਰਰਾਸ਼ਟਰੀ ਸਟੇਰ ਦੇ ਕਈ ਮੁਕਾਬਲੇ ਚ ਵੀ ਪਹਿਲੀ ਥਾਰ ਹਾਸਲ ਕਰ ਚੁਕੇ ਨੇ जम्मू श्रीनगर राष्ट्रीय जरनली सड़क पर जारी मरम्मत के कमे के चलते अधमपुर बनिहाल बार कु ग गड्डी चलने की खुल नहीं दी जाग ट्रैफिक पुलिस मुजब उ एंबुलेंस से आपात हालात च आने जाने गड्डी गी इस हुक्म शा बरें रखा गया है ਮੁਕਸ਼ਾਚੀ ਬੀਬੀਆਂ ਸੁਭਰਮਨਿਯ ਮੋਰੇ ਰਾਸ਼ਟਰੀ ਜਰਨਲਿਸਟ ਸ਼ਿਰਕ ਐਨ ਐਚ 44 ਦੇ ਬਾਕ-ਬਾਕ ਕਿਸੇ ਉਪਰ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਾਨ ਨ ਐਚ ਏ ਆਸਿਆ ਤੋੜ 4000 ਦੇ ਕੰਮ ਦੀ ਰਫ਼ਤਾਰ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਬੈਠਕ ਸੱਦੀ ਜਿਸ ਦੌਰਾਨ ਜਾਣਕਾਰੀ ਦਿੱਤੀ ਗਈ ਜੇ ਜਰਨਲਿਸਟ ਸ਼ਿਰਕ ਦੇ ਤਰੋਂ ਸੇ ਉਦਮਪੁਰ ਰਾਮਬਨ ਰਾਮਬਨ ਬਨਾਲ ਤੇ ਬਨਾਲ ਕਾਜ਼ੀਗੁੰਡ ਪਰ ਸੜਕਾਂ ਦੀ ਚੜਾ ਕਰਨੇ ਤੇ ਡਬਲ ਟਿਊਬ ਨਵਯੁਗ ਸੁਰੰਗ ਦਾ ਕੰਮ ਯੁੱਧ ਸਤਰ ਪਰ ਜਾਰੀ ਹੈ ਤੇ ਇਹ ਕੰਮ ਪੂਰੀ ਚਾਲੀ ਵਿਵਸਥਾ ਨਾਲ ਟੰਗਾ ਸਿਰ ਚਲਾ ਕਰਦਾ ਹੈ ਉਦਮਪੁਰ ਰਾਮਬਨ ਵਾਲੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਪਰ ਯੋਜਨਾ ਪਰ 70% ਕੰਮ ਮੁਕੰਮਲ ਹੋ ਚੁੱਕੇ ਦਾ ਹੈ ਤੇ ਬਾਕੀ ਰੋਂਦਾ ਕੰਮ ਖੁਸ਼ਬਾ ਇਸ ਬਰੇ ਸਤੰਬਰ ਮਹੀਨੇ ਤੱਕ ਮੁਕੰਮਲ ਹੋ ਜਾਗ ਇਸੇ ਚਾਲੀ ਬਨਾਲ ਗੀ ਸਿੱਧੇ ਕਾਜ਼ੀਗੁੰਡ ਕਨੇ ਮਲਾਨੇ ਵਾਲੀ 8.4 ਕਿਲੋਮੀਟਰ ਲੰਮੀ ਨਵਯੁਗ சுரੰਗ ਦਾ ਕੰਮ ਵੀ ਮੁਕੰਮਲ ਹੋਣ ਦੇ ਕੋਲ ਕਾਲ ਹੈ ਤੇ ਮੇਦ ਹੈ ਜਉਂਦੇ ਮਾਰਚ ਮਹੀਨੇ ਦੌਰਾਨ ਇਹਦਾ ਉਦਘਾਟਨ ਵੀ ਕਰ ਦਿੱਤਾ ਜਾਗ ਇਸ ਪ੍ਰਯੋਜਨਾ ਦੇ ਮੁਕੰਮਲ ਹੋ ਜਾਣੇ ਦੇ ਕਨੇਗੇ ਜੰਮੂ ਤੇ ਸ੍ਰੀਨਗਰ ਬਿਸ਼ਕਾਰ ਛੰਡਾ ਕਾਟੋ ਜਾਗ ਤੇ ਜੰਮੂ ਕਸ਼ਮੀਰ ਦੇ ਦੋਨੇ ਖਿੱਤੇ ਕਸ਼ਮੀਰ ਤੇ ਜੰਮੂ ਬਿਸ਼ਕਾਰ ਸੜਕ ਸੰਪਰਕ ਹੋਰ ਬਿਹਤਰ ਤੇ ਆਰਾਮਦਾਇਕ ਬਣੀ ਜਾਗ ਤੇ ਉਹਨਾਂ ਖੀਰਾਂ ਚ ਖਾਸ ਖਾਸ ਖਬਰਾਂ ਬਾਰੀ ਪਰਤੀ ਹੈ ਸਰਕਾਰਾਂ ਜੰਮੂ ਕਸ਼ਮੀਰ ਚ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਖੋਲਣੇ ਬਾਰੇ ਕੋਵਿਡ 19 ਸਰबंदी દિਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜੰਮੂ ਪ੍ਰਾਂਤ ਦਾ ਸੋਏ ਵਾਲੇ ਜ਼ੋਨ ਦੇ ਤਾਲੀਮੀ ادارے 1 ਫਰਵਰੀ ਗੀ ਖੁੱਲਣਗਣ ਤੇ ਕਸ਼ਮੀਰ ਪ੍ਰਾਂਤ ਸਨੇ ਜੰਮੂ ਪ੍ਰਾਂਤ ਦਾ ਸਿਆਲੇ ਵਾਲੇ ਜ਼ੋਨ ਚ 15 ਫਰਵਰੀ ਥਮਾ ਸੰਸਦ ਦਾ ਬਜਟਾਲਾ ਇਜਲਾਸ ਅੱਜ ਰਾਸ਼ਟਰਪਤੀ ਹੁੰਦੇ ਸੰਬੋਧਨ ਕਰਨੇ ਸ਼ੁਰੂ ਹੋਗ ਸਦਨ ਪਟਲ ਪਰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਗ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਕੰਮ ਰੋਜ਼ਗਾਰ ਦੇ ਮਤੇ ਮੌਕੇ ਉਪਲਬਧ ਕਰਾਉਣਾ ਯਕੀਨੀ ਬਣਾਉਣ ਲਈ ਹਿਮਾਇਤ ਮਿਸ਼ਨ ਨੇ ਬਹੁ ਰਾਸ਼ਟਰੀ ਕੰਪਨੀਆਂ ਕੰਨੇ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ ਹਨ ਤੇ ਅਖਿਲ ਭਾਰਤੀ ਇੰਦੀ ਕਵੀ ਸੰਮੇਲਨ ਦੇ ਕੰਨੇ ਗਏ ਦੋ ਦਿਨ ਦਾ ਜਸ਼ਨ ਜਮਹੂਰੀਆ ਸੰਪੰਨ ਹੋਇਆ ਇਹ ਦੇ ਕੰਨੇ ਗਏ ਖਬਰੇ ਦਾ ਇਹ ਬੁਲੇਟਿਨ ਸਮਾਪਤ ਹੋਆ